ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਡੇਲੀ ਲਾਈਵ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਬਣਾਵਾਂਗੇ ਮਟਰ ਤੇ ਪਨੀਰ ਦੀ ਭੁਰਜੀ ਜੋ ਕਿ ਬਹੁਤ ਹੀ ਸੌਖੇ ਢੰਗ ਨਾਲ ਬਣਦੀ ਆ ਤੇ ਘਰ ਵਿੱਚ ਜਿਹੜੇ ਵੀ ਮਸਾਲੇ ਹੁੰਦੇ ਆ ਉਹਦੇ ਹਿਸਾਬ ਨਾਲ ਹੀ ਆਪਾਂ ਜਿਹੜੀ ਸਬਜ਼ੀ ਆ ਉਹ ਤਿਆਰ ਕਰਦੇ ਆ ਕੋਈ ਐਕਸਟਰਾ ਮਸਾਲੇ ਨਹੀਂ ਪਾਉਂਦੇ ਤੇਜ਼ ਮਸਾਲੇ ਨਹੀਂ ਪਾਉਂਦੇ ਆਪਾਂ ਤੇ ਸਬਜ਼ੀ ਇੰਨੀ ਸਵਾਦ ਬਣਦੀ ਆ ਕਿ ਬਹੁਤ ਜ਼ਿਆਦਾ ਤੇ ਅੱਜ ਅਸੀਂ ਬਣਾਵਾਂਗੇ ਮਟਰ ਪਨੀਰ ਦੀ ਭੁਰਜੀ ਭੁਰਜੀ ਵੈਸੇ ਕਈ ਤਰੀਕਿਆਂ ਨਾਲ ਬਣਦੀ ਆ ਹਰੇਕ ਘਰ ਦੇ ਵਿੱਚ ਬਣਦੀ ਆ ਪਰ ਸਾਡੇ ਤਰੀਕੇ ਨਾਲ ਤੁਸੀਂ ਬਣਾਇਓ ਭੁਰਜੀ ਬਹੁਤ ਟੇਸਟੀ ਬਣੂਗੀ ਅਤੇ ਇਹਦੇ ਵਿੱਚ ਕੀ ਪੈਂਦਾ ਵਾ ਉਹ ਤੁਹਾਨੂੰ ਦੱਸ ਦੇ ਲਓ ਜੀ ਅੱਗ ਸਾਡੀ ਬਲ ਗਈ ਆ ਅਤੇ ਆਪਾਂ ਕੜਾਹੀ ਉੱਪਰ ਰੱਖਦੇ ਹਾਂ ਅੱਗ ਸਾਡੀ ਬਹੁਤ ਵਧੀਆ ਬਲੀ ਆ ਅਤੇ ਕੜਾਹੀ ਸਾਡੀ ਗਰਮ ਹੋ ਗਈ ਆ ਅਤੇ ਉੱਪਰ ਰੱਖੀ ਆ ਅਤੇ ਅੱਗ ਬੜੀ ਵਧੀਆ ਬਲ ਰਹੀ ਆ ਅਤੇ ਇਹਦੇ ਵਿੱਚ ਆਪਾਂ ਪਾਵਾਂਗੇ ਇੱਕ ਕੜਛੀ ਤੇਲ ਦੀ ਤੇਲ ਆਪਾਂ ਸਰ੍ਹੋਂ ਦਾ ਲਿਆ ਅਤੇ ਪਾ ਦਾਂਗੇ ਵਿੱਚ ਇੱਕ ਕੜਛੀ ਤੇਲ ਦੀ ਪਾਵਾਂਗੇ ਅਤੇ ਤੇਲ ਨੂੰ ਆਪਾਂ ਗਰਮ ਹੋਣ ਦਿੰਦੇ ਪਹਿਲਾਂ ਅਤੇ ਫਿਰ ਵਿੱਚ ਪਾਉਂਦੇ ਪਿਆਜ਼ ਇਹਦੇ ਵਿੱਚ ਆਪਾਂ ਅੱਜ ਮਟਰ ਪਨੀਰ ਬਣਾਉਣੇ ਆ ਮਟਰ ਪਨੀਰ ਦੀ ਭੁਰਜੀ ਬਣਾਉਣੀ ਆ ਅਤੇ ਰਸ ਮਿਸੀ ਜੀ ਬਣਾਵਾਂਗੇ ਬਹੁਤੀ ਸੁੱਕੀ ਨਹੀਂ ਬਣਾਉਣੀ ਅਤੇ ਇਹਦੇ ਵਿੱਚ ਆਪਾਂ ਪਾਈਆ ਪਨੀਰ ਲਿਆ ਵਾ ਪਨੀਰ ਆਪਾਂ ਵਧੀਆ ਲਿਆਂਦਾ ਵਾ ਅਤੇ ਤਾਜ਼ਾ ਲਿਆਂਦਾ ਵਾ ਅਤੇ ਆਹ ਆਪਾਂ ਪਿਆਜ਼ ਲਏ ਆ ਤਿੰਨ ਵੱਡੇ ਵੱਡੇ ਤਿੰਨ ਪਿਆਜ਼ ਲਏ ਸੀ ਇਹਨਾਂ ਨੂੰ ਬਰੀਕ ਬਰੀਕ ਕੱਟ ਲਿਆ ਤੁਸੀਂ ਚਾਹੋ ਤਾਂ ਤੁਸੀਂ ਜ਼ਿਆਦਾ ਵੀ ਲੈ ਸਕਦੇ ਜੋ ਜਿੰਨੀ ਸਬਜ਼ੀ ਹੋਵੇ ਪਨੀਰ ਹੋਵੇ ਜਾਂ ਮਟਰ ਹੋਵੇ ਉਹਦੇ ਹਿਸਾਬ ਦੇ ਨਾਲ ਪਿਆਜ਼ ਜਿਹੜੇ ਉਹ ਵੀ ਜ਼ਿਆਦਾ ਲੈ ਜਾਂਦੇ ਆ ਸਾਡਾ ਪਨੀਰ ਤਾਂ ਪਾਈਆ ਵਾ ਅਤੇ ਪਿਆਜ਼ ਆਪਾਂ ਤਿੰਨ ਲਏ ਵੱਡੇ ਵੱਡੇ ਅਤੇ ਆਹ ਆਪਾਂ ਦੋ ਟਮਾਟਰ ਲਏ ਆ ਅਤੇ ਇਹਨਾਂ ਨੂੰ ਆਪਾਂ ਉਹ ਕਰ ਲਿਆ ਗ੍ਰੈਂਡ ਕਰ ਲਿਆ ਇਹਨਾਂ ਨੂੰ ਆਹ ਮਟਰ ਲਏ ਆ ਮਟਰ ਸਾਡੇ ਅੱਧਾ ਕਿਲੋ ਸੀ ਉਹਦੇ ਵਿੱਚੋਂ ਆਹ ਦਾਣੇ ਨਿਕਲੇ ਆ ਪਾਈਆ ਤਾਂ ਜ਼ਿਆਦਾ ਹੀ ਆ ਅਤੇ ਆਹ ਹਰੀਆਂ ਮਿਰਚਾਂ ਅਤੇ ਅਦਰਕ ਆਪਾਂ ਜਿਹੜਾ ਉਹ ਗ੍ਰੈਂਡ ਕਰ ਲਿਆ ਆਹ ਵਾ ਹਰਿਆ ਧਨੀਆ ਅਤੇ ਆਹ ਵਾ ਮਸਾਲੇ ਅਤੇ ਆਪਾਂ ਕੜਾਹੀ ਉੱਪਰ ਧਰੀ ਆ ਅਤੇ ਤੇਲ ਗਰਮ ਸਾਡਾ ਹੋ ਗਿਆ ਵਾ ਅਤੇ ਆਪਾਂ ਪਿਆਜ਼ ਜਿਹੜੇ ਉਹ ਵਿੱਚ ਪਾਉਂਦੇ ਹਾਂ ਲਓ ਜੀ ਆਪਾਂ ਵੇਖਦੇ ਹਾਂ ਕਿ ਸਬਜ਼ੀ ਸਾਡੀ ਬਣੀ ਕਿ ਨਹੀਂ ਮਟਰ ਥੋੜ੍ਹੇ ਥੋੜ੍ਹੇ ਕਰਨੇ ਹੀ 5-10 ਮਿੰਟ ਹੋ ਗਏ ਆ 10 ਮਿੰਟ ਹੋ ਹੀ ਗਏ ਆ ਅਤੇ ਆਪਾਂ ਵੇਖਦੇ ਹਾਂ ਸਬਜ਼ੀ ਦਾ ਰੰਗ ਵੇਖੋ ਕਿੱਡਾ ਵਧੀਆ ਹਲਦੀ ਪਾਈ ਵਿੱਚ ਹਾਂ ਹਲਦੀ ਪਾਈ ਆ ਸਬਜ਼ੀ ਵੇਖੋ ਅਤੇ ਮਟਰ ਜਿਹੜੇ ਆ ਉਹ ਸਾਡੇ ਹੋ ਗਏ ਆ ਅਤੇ ਆਪਾਂ ਹੁਣ ਵਿੱਚ ਪਾਉਂਦੇ ਹਾਂ ਪਨੀਰ ਆਪਾਂ ਨੂੰ ਪਨੀਰ ਵਿੱਚ ਪਾ ਦਿੰਦੇ ਹਾਂ ਅੱਜ ਬਣੂਗੀ ਮਟਰ ਪਨੀਰ ਦੀ ਭੁਰਜੀ ਵਾਹ ਵਾਹ ਕਿਆ ਬਾਤ ਹੈ ਜੇ ਬਿਲਕੁਲ ਸੁੱਕੀ ਬਣਾਉਣੀ ਹੋਵੇ ਤਾਂ ਉਹ ਜ਼ਿਆਦਾ ਇੰਨੀ ਵਧੀਆ ਨਹੀਂ ਲੱਗਦੀ ਮਤਲਬ ਠੀਕ ਹੀ ਲੱਗਦੀ ਆ ਵੈਸੇ ਜਿਸ ਤਰ੍ਹਾਂ ਆਹ ਸਬਜ਼ੀ ਆ ਨਾ ਅੱਧਾ ਗਲਾਸ ਪਾਣੀ ਦਾ ਪਾਇਆ ਦੇਖੋ ਕਿੰਨੀ ਵਧੀਆ ਬਣੀ ਆ ਇਹ ਮਟਰ ਪਨੀਰ ਦੀ ਭੁਰਜੀ ਜੇ ਆਪਾਂ ਇਕੱਲੇ ਪਨੀਰ ਦੀ ਬਣਾਉਣੀ ਹੋਵੇ ਤਾਂ ਫਿਰ ਆਪਾਂ ਕੀ ਕਰਨਾ ਕਿ ਫਿਰ ਵਿੱਚ ਪਾਣੀ ਨਹੀਂ ਪਾਉਣਾ ਬਹੁਤ ਵਧੀਆ ਸਬਜ਼ੀ ਜਿਹੜੀ ਆ ਉਹ ਲੱਗਦੀ ਆ ਮਟਰ ਪਨੀਰ ਦੀ ਘਰ ਵਿੱਚ ਕੋਈ ਪ੍ਰਾਹੁਣਾ ਆਇਆ ਹੋਵੇ ਜਾਂ ਆਪ ਵੀ ਬਣਾਉਣੀ ਹੋਵੇ ਤਾਂ ਤੁਸੀਂ ਹਜੇ ਪਾਣੀ ਸੁੱਕਣਾ ਵਾ ਬਣਾ ਸਕਦੇ ਆ ਪਾਣੀ ਹਜੇ ਸੁੱਕਣਾ ਵੀ ਆ ਨਾਲੇ ਜਦੋਂ ਅੱਗ ਬਲੂਗੀ ਥੱਲੇ ਤਾਂ ਨਾਲੇ ਰਿੱਝੂਗੇ ਥੋੜ੍ਹੇ ਥੋੜ੍ਹੇ ਮਟਰ ਵੀ ਹੋਰ ਗਲ ਜਾਣਗੇ ਨਰਮ ਹੋ ਜਾਣਗੇ ਅਤੇ ਪਨੀਰ ਵੀ ਜਿਹੜਾ ਉਹ ਸਾਡਾ ਬਣ ਜੂਗਾ ਅਤੇ ਇਹਨੂੰ ਆਪਾਂ ਫਿਰ ਢੱਕ ਦਿੰਦੇ ਹਾਂ ਅਤੇ 5 ਮਿੰਟ ਵਾਸਤੇ ਫਿਰ ਪਕਾਵਾਂਗੇ ਆਪਾਂ ਤੇਲ ਸਾਡਾ ਗਰਮ ਹੋ ਗਿਆ ਅਤੇ ਆਪਾਂ ਵਿੱਚ ਪਹਿਲਾਂ ਪਾਵਾਂਗੇ ਪਹਿਲਾਂ ਇਹਦੇ ਵਿੱਚ ਆਪਾਂ ਜੀਰਾ ਪਾਵਾਂਗੇ ਜੀਰਾ ਆਪਾਂ ਅੰਦਾਜ਼ੇ ਨਾਲ ਮਤਲਬ ਅਸੀਂ ਇੱਕ ਚਮਚਾ ਪਾਵਾਂਗੇ ਚਮਚਾ ਛੋਟਾ ਵਾ ਥੋੜ੍ਹਾ ਜਿਹਾ ਹੋਰ ਪਾਵਾਂਗੇ ਅਤੇ ਇਹਦੇ ਵਿੱਚ ਜੀਰਾ ਜਿਹੜਾ ਉਹ ਸਾਡਾ ਭੁੱਜ ਗਿਆ ਵਾ ਤੇਲ ਕਿਉਂਕਿ ਗਰਮ ਸੀਗਾ ਅਤੇ ਹੁਣ ਆਪਾਂ ਵਿੱਚ ਪਿਆਜ਼ ਪਾਵਾਂਗੇ Thank you.
प्याज में आप जरा वह थोड़ा थोड़ा भुन लवेंगे ना आप। बहुत भी साड़ना नहीं प्याज में, थोड़ा थोड़ा जरा वह वो कच्चा रखना वो, क्योंकि पनीर की भुर्जी के लिए जो प्याज वा बहुत सड़िया जरा चंगा नहीं लगता। तो हूँ आप भुजन लवेंगे, ये पावे थोड़ा जहा नमक, नमक पाने लग जाता कि जोड़ा प्याज वा नमक जोड़ा वा आप स्वाद अनुसार पाना वा, जिनी सब्जी उस हिसाब न नमक पाना, आप एक चमचा पावे। हूँ आप मिक्स कर देना, तो प्याज भी जोड़ा वो आप भुजन देना वा, हल्का जहा ब्राउन करना आप प्याज में। प्याज भुन के फिर तुम मसाल दे प्याज जड़ा वा वो साडा भुज गया वा, तो इस तरह के रखना वा बहुत नहीं साड़ना नहीं गा, तो प्याज भुर्जी के जड़ा वा इस तरह का कच्चा कच्चा रखी दा वा, बहुत नहीं नरम हो गया वा बहुत वधिया प्याज। तो हूँ आप पावे टमाटर अदरक, हाँ अदरक तो मिर्चा जड़िया आप दो मिक्स कर लिया ही, मिर्चा आप दो पाइया वा तो अदरक पाया वा। मिर्चा तो अदरक जोड़ा वा ना ग्राइंड करके पाओ तो मूँह के नहीं आता, नहीं तो इस तरह बच्चे खाते नहीं कहते मूँह के आता। तुम्हें भी बनाओ अपने घर मिर्च मम्मी सबूती तोड़ती है, मिर्च साबत भी दिखी गई है कोई गल नहीं। एक मैं कल वीडियो तुम भी फिर वेखन डे वीडियो इन्हें सबूतियाँ मिर्चा थोड़ती हैं साबत मिर्चा के ना मूँह के आ जाए तो मुड़ के कौड़ी बड़ी लगती, कौड़ी बड़ी लगती। तो मसाला जोड़ा वा वह हम भुज गया वा, तो आप हम बिच पा देंगे टमाटर जोड़े आप ग्राइंड किया, नहीं जाओ तो तुम टमाटर ज़्यादा ही पा सकते हो, अब साड़ी बहुत वधिया बन गई है। चुल्हे से बनाने का वक्रा ही मज़ा वा, तो चुल्हे से बड़ा मज़ा आता सब्जी बनाने का रोटी पकाने का। पहले पिंड चुल्हे से बनाते होंगे गए, गैस तो होने चले आ, पहला शहर का पता नहीं पिंड पहला चुल्हा ही बालते ही, अपन तौड़ी लियावे तौड़ी में साग बनावे साग बनावे तौड़ी में बहुत वधिया साग बनता। तौड़ी वो मिट्टी की है, मिट्टी वाली, हाँ मिट्टी की वो बड़ी जड़ी होंगी है। धनिया बिच आप पा देंगे थोड़ा जो चिर ना भुजन देवे आप, क्योंकि टमाटर जोड़ा कच्चा वा ना वो चंगा नहीं लगता बिच, तो सब्जी का स्वाद नहीं होता। तुम्हें भी अपने घर बनाओ, बना के खाओ बड़ी स्वाद लगती सब्जी में, टमाटर पा के, टमाटर पा के प्याज, मम्मी वैसे बड़ी सब्जी स्वाद बना जी बना। हूँ आप जोड़ा वा सब्जी आप कोई गर्म मसाले ज़्यादा नहीं पाते, आप गर्म मसाला भी नहीं वरतते ज़्यादा, जीरा काली मिर्च तो धनिया पीस के रखिया कोई सब्जी के पाईदा वा, बहुते भी तेज मसाले खाने जोड़े आजकल सेहत वास्ते ठीक नहीं है, तो बाकी होटलों के जोड़े मसाले पीते वो भी घर सब्जी बन जाती है। तो ये आप तीन प्याज पाए पाइया साडा पनीर वा, तो अद्धा किलो साढ़े मटर है वो 300 ग्राम दाने निकले आ, मसाला जोड़ा ना साडा भुज गया इस तरह भुनो कि सब्जी जोड़ी है बहुत वधिया बनूगी बड़ी वधिया। नमक पहला आप पाता ही, हूँ आप हल्दी पावे ये आ छोटा चमचा वा साडा एक पा देंगे, तो थोड़ी जी आप देगी मिर्च पावे ज़्यादा नहीं पाते, तो आप पावे सुक्का धनिया जोड़ा वा ना वो आप कला धनिया जोड़ा पीस के रखे ये पा देंगे चमचा हो गया, तो आप पावे अद्धा कि चमचा काली मिर्च का। तो हूँ आप मिक्स करा देगी मिर्च आप थोड़ी जी घट लगन डी है माड़ी जी और पा दें, जीरा आप थोड़ा जहा पानी पावे बिच मसाले जोड़े भुज गए,
ਉਹਨੂੰ ਇਸ ਤਰ੍ਹਾਂ ਮਸਾਲਾ ਜਿਹੜਾ ਆਪਾਂ ਭੁੰਨ ਲੈਂਦੇ ਹਾਂ 2 ਮਿੰਟ ਬਾਅਦ ਚ ਇਹ ਮਸਾਲਾ ਜਿਹੜਾ ਸਾਡੇ ਸਾਰੇ ਮਸਾਲੇ ਜਿਹੜੇ ਆ ਉਹ ਮਿਕਸ ਹੋ ਜਾਣ। ਅਜੇ ਵਿੱਚ ਪਨੀਰ ਪਾਉਣਾ ਵਾ, ਅਜੇ ਮਟਰ ਵੀ ਪਾਉਣੇ ਵਿੱਚ, ਔਰ ਹੋਰ ਮੇਰੇ ਤਾਂ ਹੁਣੇ ਮੂੰਹ 'ਚ ਪਾਣੀ ਆ ਜਿਹੜੀ ਆ ਉਹ ਕਈ ਤਰ੍ਹਾਂ ਨਾਲ ਬਣਦੀ ਆ, ਸਾਰੇ ਘਰ ਦੇ ਵਿੱਚ ਬਣਦੀ ਆ, ਪਰ ਤੁਸੀਂ ਸਾਡੇ ਤਰੀਕੇ ਨਾਲ ਬਣਾ ਕੇ ਵੇਖਣੀ। ਪਨੀਰ ਦੀ ਭੁਰਜੀ ਬਹੁਤ ਸਵਾਦ ਬਣੂਗੀ, ਮਟਰਾਂ ਵਾਲੀ ਭੁਰਜੀ, ਮਟਰ ਪਨੀਰ ਦੀ ਭੁਰਜੀ। ਅਤੇ ਹੁਣ ਆਪਣੀ ਜਿਹੜੀ ਭੁਰਜੀ ਆ ਉਹ ਮਟਰ ਪਨੀਰ ਦੀ ਉਹ ਵਧੀਆ ਬਣੂਗੀ, ਅਤੇ ਤੁਸੀਂ ਸਾਡੇ ਤਰੀਕੇ ਨਾਲ ਬਣਾਉਣੀ ਅਤੇ ਵੇਖਿਓ ਕਿੰਨੀ ਸਵਾਦ ਬਣਦੀ ਆ। ਹਰੇਕ ਦਾ ਤਰੀਕਾ ਆਪੋ ਬਣਾਵਾਂ। ਅਤੇ ਮਟਰ ਪਨੀਰ ਦੀ ਸਬਜ਼ੀ ਜਿਹੜੀ ਭੁਰਜੀ ਆ ਔਰ ਰਸ ਮਿਸੀ ਵੀ ਬਣ ਜਾਂਦੀ ਆ, ਸੁੱਕੀ ਵੀ ਬਣ ਜਾਂਦੀ ਆ। ਇਹ ਆਪਾਂ ਅੱਜ ਮਟਰ ਪਾਏ ਵਿੱਚ ਅਤੇ ਆਪਾਂ ਥੋੜ੍ਹੀ ਜਿਹੀ ਬਣਾਵਾਂਗੇ ਰਸ ਮਿਸੀ ਜੀ। ਸੀ ਰੜਕਦੇ ਹੁੰਦੇ ਮਧਾਣੀਆਂ 'ਚ, ਰੱਸੀ ਜਿਹਨੂੰ ਖਿੱਚਦੇ ਹੁੰਦੇ ਜਿਹੜਾ, ਅਜੇ ਮੈਨੂੰ ਮਾੜਾ ਮਾੜਾ ਚੇਤਾ ਹੋਸ਼ ਹੈਗੀ ਆ ਤਾਂ ਨਹੀਂ ਆ ਲਾ ਥੱਲੇ ਅੱਗੇ ਬੰਦ ਹੋ ਗਿਆ। ਸਰਦੀਆਂ ਦੇ ਵਿੱਚ ਇਹ ਹੁੰਦਾ ਨਾ ਕਿ ਨਾਲੇ ਅੱਗ ਸੇਕੀ ਜਾਓ ਅਤੇ ਨਾਲੇ ਸਬਜ਼ੀ ਬਣਾਈ ਜਾਓ ਜ਼ਰੂਰੀ, ਅਤੇ ਉਂਝ ਵੀ ਜਿਹੜੀ ਚੀਜ਼ ਜਿਹੜੀ ਆ ਉਹ ਸਵਾਦ ਬਣਦੀ ਆ ਚੁੱਲ੍ਹੇ 'ਤੇ, ਕੁਛ ਵੀ ਬਣਾਓ ਚੁੱਲ੍ਹੇ 'ਤੇ ਜ਼ਿਆਦਾ ਸਿੱਖਦੀ ਆ। ਅਤੇ ਕੁੱਕਰ ਦੇ ਵਿੱਚ ਬਣਾਓ ਜਾਂ ਉਹਦੇ ਵਿੱਚ, ਹੁਣ ਦੂਜੇ ਚੁੱਲ੍ਹੇ ਵੀ ਆ ਗਏ ਇੰਡਕਸ਼ਨ ਚੁੱਲ੍ਹੇ, ਪਰ ਇਹ ਆ ਕਿ ਜਿਹੜੀ ਚੁੱਲ੍ਹੇ ਦਾ ਰੋਟੀ ਦਾ ਸਵਾਦ ਆ ਨਾ ਉਹ ਵੱਖਰਾ ਹੁੰਦਾ। ਕਮੈਂਟ ਕਰਕੇ ਦੱਸਣਾ ਕਿ ਤੁਸੀਂ ਵੀ ਚੁੱਲ੍ਹਾ ਬਾਲਦੇ ਜੋ ਕਿ ਨਹੀਂ, ਅਤੇ ਸਾਡਾ ਬਣਾਉਣ ਦਾ ਤਰੀਕਾ ਜਿਹੜਾ ਸਬਜ਼ੀ ਦਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਣ ਡਿਆ ਇਹ ਵੀ ਦੱਸਣਾ। ਹੁਣ ਮਸਾਲਾ ਜਿਹੜਾ ਵਾ ਉਹ ਸਾਡਾ ਭੁੱਜ ਗਿਆ ਵਾ, ਮਸਾਲਾ ਜਿਹੜਾ ਵਾ ਸਾਡਾ ਭੁੱਜ ਗਿਆ, ਵੇਖੋ ਤੇਲ ਛੱਡ ਦਿੱਤਾ ਸਬਜ਼ੀ ਨੇ ਮਸਾਲੇ ਨੇ। ਅਤੇ ਹੁਣ ਆਪਾਂ ਵੀ ਤੇਲ ਚੰਗੀ ਤਰ੍ਹਾਂ ਭੁੱਜ ਗਿਆ ਵਾ, ਪਿਆਜ਼ ਜਿਹੜਾ ਚੰਗੀ ਤਰ੍ਹਾਂ ਭੁੱਜ ਗਿਆ ਵਾ, ਹੁਣ ਵਿੱਚ ਆਪਾਂ ਮਟਰ ਪਾ ਦਾਂਗੇ। ਅਤੇ ਬਹੁਤ ਜ਼ਿਆਦਾ ਮਟਰ ਪਾ ਦਾਂਗੇ ਵਿੱਚ, ਅਤੇ ਮਟਰਾਂ ਨੂੰ ਵੀ ਆਪਾਂ ਮਿਕਸ ਕਰ ਦਿੰਦੇ ਹਾਂ। ਅਤੇ ਇਹਨਾਂ ਨੂੰ ਆਪਾਂ ਥੋੜ੍ਹਾ ਜਿਹਾ ਪਾਣੀ ਪਾਵਾਂਗੇ ਵਿੱਚ, ਅੱਧਾ ਕੁ ਗਲਾਸ ਪਾਇਆ ਵਾ। ਅਤੇ ਅਗਰ ਜਿਹੜੀ ਆਪਾਂ ਮੱਠੀ ਮੱਠੀ ਰਹਿਣ ਦਾਂਗੇ ਅਤੇ ਇਹਨੂੰ ਆਪਾਂ ਢੱਕ ਦਿੰਦੇ ਹਾਂ। ਢੱਕ ਕੇ ਅਤੇ ਆਪਾਂ 5 ਕੁ ਮਿੰਟ ਵਾਸਤੇ ਮਟਰ ਜਿਹੜੇ ਆ ਉਹ ਪਕਾਵਾਂਗੇ, ਕਿਉਂਕਿ ਵੀ ਜਿਹੜੇ ਪਨੀਰ ਵਾ ਉਹ ਛੇਤੀ ਬਣ ਜਾਣਾ ਵਾ ਅਤੇ ਜਿਹੜੇ ਮਟਰ ਵਾ ਉਹ ਗਲਣੇ ਨਹੀਂ ਆ, ਇਸ ਕਰਕੇ ਮਟਰ ਜਿਹੜੇ ਉਹ ਨਰਮ ਹੋ ਜਾਣਗੇ। ਅਤੇ ਆਪਾਂ ਇਹਨੂੰ ਢੱਕ ਦਿੰਦੇ ਹਾਂ ਅਤੇ ਮੱਠੀ ਮੱਠੀ ਅੱਗ 'ਤੇ ਆਪਾਂ ਇਹਨਾਂ ਨੂੰ ਥੋੜ੍ਹਾ ਜਿਹਾ ਬਣ ਦਿੰਦੇ ਹਾਂ। ਅਤੇ ਪਨੀਰ ਜਿਹੜਾ ਵਾ ਵੈਸੇ ਤੈਨੂੰ ਕੱਦੂਕਸ਼ ਵੀ ਕਰ ਲਈਦਾ ਵਾ ਅਤੇ ਜੇ ਜਾਓ ਤਾਂ, ਪਰ ਆਪਾਂ ਹੱਥ ਦੇ ਨਾਲ ਇਹਨੂੰ ਆਪਾਂ ਇਸ ਕਰਕੇ ਕਰ ਲੈਣਾ ਵਾ। ਇਸ ਤਰ੍ਹਾਂ ਕਰਨ ਦੇ ਨਾਲ ਨਾ ਪਨੀਰ ਜਿਹੜਾ ਵਾ ਉਹ ਬਹੁਤਾ ਨਹੀਂ ਆ ਜ਼ਿਆਦਾ ਗ੍ਰੈਂਡ ਹੁੰਦਾ। ਅਤੇ ਹੁਣ ਆਪਾਂ ਇਹਨੂੰ ਵੇਖੋ ਪਨੀਰ ਕਿੱਡਾ ਵਧੀਆ ਵਾ, ਮਤਲਬ ਫਰੈਸ਼ ਪਨੀਰ ਲਿਆਂਦਾ ਤਾਜ਼ਾ ਹੈ। ਤੁਸੀਂ ਚਾਹੋ ਤਾਂ ਤੁਸੀਂ ਜ਼ਿਆਦਾ ਪਨੀਰ ਦਾ ਪਾਉਣਾ ਅਤੇ ਉਹਦੇ ਹਿਸਾਬ ਦੇ ਨਾਲ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਉਹਦੇ ਹਿਸਾਬ ਨਾਲ ਪੈਂਦੀਆਂ ਵਾ। ਹੁਣ ਆਪਾਂ ਇਹਨੂੰ ਥੋੜ੍ਹਾ ਜਿਹਾ ਹੱਥ ਨਾਲ ਕਰਕੇ ਅਤੇ ਫੇਰ ਪਾਵਾਂਗੇ, ਕਿਉਂਕਿ ਭੁਰਜੀ ਦੇ ਵਿੱਚ ਇਸ ਤਰ੍ਹਾਂ ਦਾ ਪਨੀਰ ਜਿਹੜਾ ਵਾ ਉਹ ਵਧੀਆ ਲੱਗਦਾ ਵਾ। ਇਹ ਸਾਡਾ ਪਾਈਆ ਪਨੀਰ ਸੀਗਾ, ਹੁਣ ਇਹਨੂੰ ਆਪਾਂ ਇਸ ਤਰ੍ਹਾਂ ਹੱਥ ਦੇ ਨਾਲ ਕਰ ਲਿਆ ਵਾ। ਅਤੇ ਹੁਣ ਆਪਾਂ ਮਟਰ ਹੁੰਦੇ ਆ ਅਤੇ ਫਿਰ ਆਪਾਂ ਵਿੱਚ ਪਾਉਂਦੇ ਹਾਂ। ਲਓ ਜੀ ਆਪਾਂ ਵੇਖਦੇ ਹਾਂ ਕਿ ਸਬਜ਼ੀ ਸਾਡੀ ਬਣੀ ਕਿ ਨਹੀਂ। ਮਟਰ ਥੋੜ੍ਹੇ ਥੋੜ੍ਹੇ ਕਰਨੇ ਸੀ, 5-10 ਮਿੰਟ ਹੋ ਗਏ ਆ, 10 ਮਿੰਟ ਹੋ ਹੀ ਗਏ ਆ। ਅਤੇ ਆਪਾਂ ਵੇਖਦੇ ਹਾਂ ਸਬਜ਼ੀ ਦਾ ਰੰਗ ਵੇਖੋ ਕਿੱਡਾ ਵਧੀਆ, ਹਲਦੀ ਪਾਈ ਵਿੱਚ, ਹਾਂ ਹਲਦੀ ਪਾਈ ਆ ਸਬਜ਼ੀ ਵੇਖੋ। ਅਤੇ ਮਟਰ ਜਿਹੜੇ ਆ ਉਹ ਸਾਡੇ ਹੋ ਗਏ ਆ, ਅਤੇ ਆਪਾਂ ਹੁਣ ਵਿੱਚ ਪਾਉਂਦੇ ਹਾਂ ਪਨੀਰ। ਆਪਾਂ ਨੂੰ ਪਨੀਰ ਵਿੱਚ ਪਾ ਦਿੰਦੇ ਹਾਂ, ਅੱਜ ਬਣੂਗੀ ਮਟਰ ਪਨੀਰ ਦੀ ਭੁਰਜੀ। ਵਾਹ ਵਾਹ ਕਿਆ ਬਾਤ ਹੈ। ਜੇ ਬਿਲਕੁਲ ਸੁੱਕੀ ਬਣਾਉਣੀ ਹੋਵੇ ਤਾਂ ਉਹ ਜ਼ਿਆਦਾ ਇੰਨੀ ਵਧੀਆ ਨਹੀਂ ਲੱਗਦੀ, ਮਤਲਬ ਠੀਕ ਹੀ ਲੱਗਦੀ ਆ,
वैसे जितना आ सब्जी है ना अद्धा गिलास पानी का पाया देखो कितनी वधिया बनी है ये मटर पनीर की भुर्जी। जे आप कल पनीर की बनानी हो फिर आप करना कि फिर बिच पानी नहीं पाना बहुत वधिया सब्जी जड़ी आ वो लगती है मटर पनीर की। घर में कोई परौना आया हो आप भी बनानी हो हजे पानी सुकना वा बना सकते पानी हजे सुकना भी है नाले जदों अग बलूगे थले तो नाले रिझूगे थोड़े थोड़े मटर भी होर गल जाएंगे नरम हो जाएंगे तो पनीर भी जोड़ा वो साडा बन जूगा। तो इन आप फिर ढक दें तो 5 मिनट वास्ते फिर पकावे आप सब्जी आप देखते हैं कि साड़ी बनी कि नहीं हजे 10 मिनट हो गए सब्जी का रंग वेखो बड़ा वधिया सब्जी कितनी वधिया हो गई खाने दे विच पानी जिहड़ा वो साडा बिल्कुल सुक गया वा ते मटर भी जिहड़े आ वो साडे हो गए आ ते साडी सब्जी बनाउण दा तरीका जिहड़ा वो तुहानू किस तरह दा लगा वा साडे तरीके नाल बणाया वो सब्जी बड़ी सवाद बणूगी हर एक घर दे विच जिहड़ी आ पनीर ते मटर दी सब्जी भुर्जी बणदी आ पर साडे तरीके नाल बनायो बहुत वधिया बनूगी। तो साडा बनाउण दा तरीका तुहानू किस तरह का लगा वा ये जरूर कमेंट करके दसना सब्जी का वेखो रंग एडा वधिया ते सब्जी का स्वाद कितना वधिया होगा। तो बाकी सबसक्राइब दब के करना तो वीडियो के जिहड़े नवे आ वो वीडियो नू पूरी वेख्या करो ता जो तुहाडे आउण वाली नोटिफिकेशन जिहड़ी आ पूरी मिले ते होर भी असीं वधिया वधिया वीडियो पावांगे। तो कमेंट करके जरूर दसना कि साडा वीडियो बनाउण दा तरीका जिहड़ा उह तुसीं किस तरह दा लगा वा ते तुसीं किहड़े तरीके नाल बणाउंदे जो ये भी सानूं दसना। तो आपां हुण सब्जी साडी बण के तैयार है ते आपां हुण कढ़दे आं बोल दे विच सब्जी बहुत वधिया बणी आ